ਮੇਰੇ ਵੱਲੋਂ ਦੇਸ਼ ਅਤੇ ਵਿਦੇਸ਼ 'ਚ ਵੱਸਦੇ ਸਾਰੇ ਹਿੰਦੁਸਤਾਨੀਆਂ ਲਈ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਅਤੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਦੀਵਾਲੀ ਦਾ ਤਿਉਹਾਰ ਆ, ਸਾਡੇ ਸਾਰਿਆਂ ਦਾ ਸਾਂਝਾ ਤਿਉਹਾਰ ਆ, ਇਹਦੇ 'ਚ ਆਪਾਂ ਨੂੰ ਬਿਲਕੁਲ ਹੀ ਜਿਹੜਾ ਐਤਕੀ ਪ੍ਰਦੂਸ਼ਣ ਨੂੰ ਕੰਟਰੋਲ ਕਰਕੇ ਆਪਾਂ ਇੱਕ ਗ੍ਰੀਨ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰੀਏ। ਉਹਦੇ 'ਚ ਚਾਹੇ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਆਸ ਪੜੋਸ ਨੂੰ, ਜਿੰਨਿਆਂ ਨੂੰ ਵੀ ਹੋ ਸਕਦਾ, ਤੁਸੀਂ ਵੱਧ ਤੋਂ ਵੱਧ ਪਲਾਂਟਸ ਦੇਣ ਦੀ ਕੋਸ਼ਿਸ਼ ਕਰਿਓ। ਅਤੇ ਇਹਦੇ ਨਾਲ ਜਿੱਥੇ ਆਪਾਂ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਕਰਾਂਗੇ, ਉੱਥੇ ਪਾਣੀ ਦਾ ਜਿਹੜਾ ਹੇਠਲਾ ਪੱਧਰ ਘੱਟ ਰਿਹਾ ਉਹਨੂੰ ਵੀ ਆਪਾਂ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਨਾਲ ਹੀ ਮੇਰੇ ਸਾਰੇ ਭਰਾਵਾਂ ਨੂੰ ਵਿਸ਼ਵਕਰਮਾ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਤਾਂ ਕਿ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਤਿਉਹਾਰ ਨੇ ਜਿਹੜੇ ਤੁਹਾਡੇ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਉਣ। ਧੰਨਵਾਦ। ਇੰਦਰਜੀਤ ਸਿੰਘ ਮੁੰਡੇ, KS ਗਰੁੱਪ ਆਫ ਇੰਡਸਟਰੀ, ਰੈਕੋਡ ਰੋਡ, ਮਲੇਰਕੋਟਲਾ। ਦੀਵਾਲੀ ਦੇ ਤਿਉਹਾਰ ਔਰ ਵਿਸ਼ਵਕਰਮਾ ਡੇ 'ਤੇ ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਇਹ ਦਿਨ ਖੁਸ਼ੀਆਂ ਭਰੇ ਬਤੀਤ ਹੋਣ। ਅਤੇ ਇੱਕ ਮੈਂ ਬੇਨਤੀ ਕਰਦਾ ਹਾਂ, ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈ ਜਾਵੇ, ਕਿਉਂਕਿ ਸਾਨੂੰ ਆਕਸੀਜਨ ਪਹਿਲਾਂ ਹੀ ਘੱਟ ਮਿਲਦੀ ਹੈ, ਸਾਡੇ ਕੋਲ ਦਰੱਖਤ ਘੱਟ ਲੱਗੇ ਹੋਏ ਹਨ, ਤਾਂ ਇਸ ਕਰਕੇ ਇਹ ਕਾਰਬਨ ਡਾਈਆਕਸਾਈਡ ਸੜਦੇ ਹਨ ਜੋ ਅਸੀਂ ਪਟਾਕੇ ਵਗੈਰਾ ਵਜਾਉਂਦੇ ਹਾਂ, ਤਾਂ ਇਸ ਤੋਂ ਰਹਿਤ ਹੀ ਰਿਹਾ ਜਾਵੇ, ਵਧੀਆ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਵੱਲੋਂ ਜਾਣੀ ਕਿ ਜਸਵਿੰਦਰ ਰਿੱਖੀ ਵੱਲੋਂ ਅਤੇ ਮੇਰੀ ਸਾਰੀ ਟੀਮ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਅਤੇ ਵਿਸ਼ਵਕਰਮਾ ਡੇ ਦੀਆਂ ਲੱਖ ਲੱਖ ਵਧਾਈਆਂ ਹੋਣ। ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਦੀਵਾਲੀ ਸਾਰੇ ਦੇਸ਼ ਵਾਸੀਆਂ ਲਈ ਖੁਸ਼ੀਆਂ ਭਰੀ ਹੋਵੇ ਅਤੇ ਬਰਕਤਾਂ ਲੈ ਕੇ ਆਵੇ। ਅਤੇ ਇੱਕ ਅਪੀਲ ਕਰਦੇ ਹਾਂ ਕਿ ਇਹ ਦੀਵਾਲੀ ਸਾਰੇ ਜਾਣੇ ਆਪਾਂ ਰਲ ਕੇ ਗ੍ਰੀਨ ਦੀਵਾਲੀ ਮਨਾਈਏ, ਪੋਲਿਊਸ਼ਨ ਮੁਕਤ ਦੀਵਾਲੀ ਮਨਾਈਏ ਅਤੇ ਪਟਾਕਿਆਂ ਤੋਂ ਪਰਹੇਜ਼ ਕਰੀਏ, ਕਿਉਂਕਿ ਜੋ ਕੁਦਰਤ ਆ ਉਹ ਆਪਣਾ ਪਰਮਾਤਮਾ, ਆਪਾਂ ਆਪਣੇ ਪਰਮਾਤਮਾ ਨੂੰ ਦੂਸ਼ਿਤ ਨਾ ਕਰੀਏ, ਪ੍ਰਦੂਸ਼ਣ ਤੋਂ ਮੁਕਤ ਦੀਵਾਲੀ ਮਨਾ ਕੇ ਅਤੇ ਆਪਣੇ ਪਰਮਾਤਮਾ ਦੀ ਰਾਖੀ ਕਰੀਏ, ਕਿਉਂਕਿ ਗੁਰਬਾਣੀ ਦਾ ਸ਼ਬਦ ਹੈ, ਅੱਬਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ। ਸੋ ਆਪਾਂ ਗੁਰਬਾਣੀ ਦੇ ਉਹ ਸ਼ਬਦਾਂ 'ਤੇ ਅਮਲ ਕਰੀਏ, ਸਮਝੀਏ ਕਿ ਸਭ ਤੋਂ ਵੱਡਾ ਰੱਬ ਕੁਦਰਤ ਆ, ਅਤੇ ਆਪਾਂ ਕੁਦਰਤ ਨੂੰ ਇਹ ਪਟਾਕੇ ਚਲਾ ਕੇ ਪ੍ਰਦੂਸ਼ਣ ਕਰਕੇ ਦੂਸ਼ਿਤ ਨਾ ਕਰੀਏ, ਖਤਮ ਨਾ ਕਰੀਏ। ਅਤੇ ਇਹੀ ਬੇਨਤੀ ਕਰਦੇ ਹਾਂ ਕਿ ਇਸ ਵਾਰ ਗ੍ਰੀਨ ਦੀਵਾਲੀ ਮਨਾਈ ਜਾਵੇ, ਅਤੇ ਇੱਕ ਵਾਰ ਫਿਰ ਮੇਰੀ ਟੀਮ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ। ਧੰਨਵਾਦ। ਮੈਂ ਵਿਜੇ ਕੁਮਾਰ ਗੋਇਲ, ਡਾਇਰੈਕਟਰ ਰਾਇਸੀਲਾ ਗਰੁੱਪ ਆਫ ਕੰਪਨੀ ਧੂਰੀ, ਇਸ ਚੈਨਲ ਦੇ ਮਾਧਿਅਮ ਨਾਲ ਦੇ ਥਰੂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਮੌਕੇ 'ਤੇ ਦੀਵਾਲੀ ਦੀਆਂ, ਵਿਸ਼ਵਕਰਮਾ ਦਿਨ ਦੀਆਂ ਅਤੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ, ਅਤੇ ਉਮੀਦ ਕਰਦਾ ਇਹ ਦੀਵਾਲੀ ਸਾਰਿਆਂ ਲਈ ਬਹੁਤ ਹੀ ਖੁਸ਼ੀਆਂ ਲੈ ਕੇ ਆਏਗੀ ਅਤੇ ਇਹ ਅੱਗੇ ਪਿਛਲੇ ਸਾਲ ਨਾਲੋਂ ਵੀ ਉਹਨਾਂ ਲਈ ਇਹ ਯਾਦਗਾਰ ਦੀਵਾਲੀ ਹੋਏਗੀ। ਧੰਨਵਾਦ। ਬਹੁਤ ਹੀ ਸਤਿਕਾਰਤ ਦੋਸਤੋ, ਮੈਂ ਵਿਰਸੇ ਦਾ ਲੇਖਕ ਜਸਵੀਰ ਸ਼ਰਮਾ, ਗੱਦਾਹੂਰ, ਸ਼੍ਰੀ ਮੁਕਤਸਰ ਸਾਹਿਬ ਤੋਂ। CCP ਚਮਚੜਿਕ ਪੱਤਰਿਕਾ ਅਖਬਾਰ ਦੇ ਮੁੱਖ ਸੰਪਾਦਕ ਸੁਨੀਲ ਕਪੂਰ ਜੀ, ਬਹੁਤ ਵਧੀਆ ਇਨਸਾਨ, ਬਹੁਤ ਵਧੀਆ ਉਹ ਅਖਬਾਰ, ਔਰ ਸਾਰੀਆਂ ਹੀ ਆਪਣੇ ਆਸੇ ਪਾਸੇ ਦੀਆਂ ਜੋ ਖਬਰਾਂ ਹੈ ਉਹ ਬੜੇ ਨਿਧੜਕ ਲਿਖ ਕੇ ਆਪਣੇ ਜਨ ਜਨ ਤੱਕ ਪਹੁੰਚਾਉਂਦੇ ਨੇ। ਉਹ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ, ਦੀਵਾਲੀ ਦੀਆਂ ਮੁਬਾਰਕਾਂ ਸਾਰੇ ਹੀ ਲੋਕਾਈ ਨੂੰ। ਇਸ ਸਰਬ ਸਾਂਝੀ ਵਾਲਤਾ ਦਾ ਜੋ ਪ੍ਰਤੀਕ ਆ, ਆਪਣੀ ਆਸਥਾ ਨਾਲ ਜੁੜਿਆ ਹੋਇਆ ਤਿਉਹਾਰ ਆ, ਇਸ ਦੀਆਂ ਸਾਰੇ ਹੀ ਲੋਕਾਈ ਨੂੰ ਢੇਰ ਸਾਰੀਆਂ ਮੁਬਾਰਕਾਂ।
ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ, ਵਾਤਾਵਰਨ ਨੂੰ ਸ਼ੁੱਧ ਬਣਾਈਏ, ਜੇ ਮਠਿਆਈ ਨਾ ਘਰੇ ਵਾੜੀਏ, ਰੋਗਾਂ ਕੋਲੋਂ ਸਿਹਤ ਬਚਾਈਏ, ਪਟਾਕੇ ਲੈਣੇ ਜੇਕਰ ਭੁੱਲੀਏ, ਆਰਥ ਤੰਗੀ ਤੋਂ ਬਚ ਜਾਈਏ, ਪਟਾਕਿਆਂ ਦੇ ਨੁਕਸਾਨ ਜੋ ਹੁੰਦੇ ਬੱਚਿਆਂ ਨੂੰ ਵੀ ਉਹ ਸਮਝਾਈਏ, ਪੌਦੇ ਲਾਈਏ ਹੱਥੀ ਸਾਰੇ, ਪਾਣੀ ਖਾਦ ਵੀ ਹੱਥੀ ਪਾਈਏ, ਸਭਨਾਂ ਨੂੰ ਇਹ ਜੀਵਨ ਦਿੰਦੇ ਗੱਲ ਨਾ ਇਹ ਦਿਲੋਂ ਭੁਲਾਈਏ, ਤਿਉਹਾਰ ਦੀ ਜੋ ਹੈ ਪਵਿੱਤਰਤਾ ਉਸ ਨੂੰ ਵੀ ਸਦਾ ਦਿਲੀ ਵਸਾਈਏ, ਫਾਸਲਾ ਰੱਖੀਏ ਨਸ਼ਿਆਂ ਕੋਲੋਂ, ਭੁੱਲ ਕੇ ਵੀ ਕਦੇ ਹੱਥ ਨਾ ਲਾਈਏ, ਗੁਰੂਆਂ ਨੇ ਉਪਕਾਰ ਜੋ ਕੀਤੇ ਸਵਾਸਾਂ ਦੇ ਉਹ ਨਾਲ ਨਿਭਾਈਏ, ਲਕਸ਼ਮੀ ਪੂਜਾ ਦਾ ਤਿਉਹਾਰ ਹੈ ਇਹ, ਘਰ ਬੇਨਤੀ ਕਰਕੇ ਘਰੇ ਬੁਲਾਈਏ, ਤੁਹਈਆ ਕਰੀਏ ਇਸ ਵਾਰ ਸਾਰੇ, ਢੰਗ ਨਵੇਕਲੇ ਨਾਲ ਮਨਾਈਏ, ਢੰਗ ਨਵੇਕਲੇ ਨਾਲ ਮਨਾਈਏ। ਬਹੁਤ ਬਹੁਤ ਧੰਨਵਾਦ ਦੋਸਤੋ, ਸਾਰੀ ਲੁਕਾਈ ਨੂੰ ਢੇਰ ਸਾਰੀਆਂ ਮੁਬਾਰਕਾਂ ਦੀਵਾਲੀ ਦੀਆਂ, ਔਰ ਆਪਾਂ ਨੂੰ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਇਹ ਅਖਬਾਰ ਪੜ੍ਹਨਾ ਚਾਹੀਦਾ, ਔਰ ਆਪਾਂ ਵੱਧ ਤੋਂ ਵੱਧ ਰੁੱਖ ਲਾਈਏ ਜੋ ਆਪਾਂ ਨੂੰ ਜੀਵਨ ਪ੍ਰਦਾਨ ਕਰਦੇ ਆ, ਅਤੇ ਆਪਾਂ ਪਟਾਕਿਆਂ ਤੋਂ ਬਚੀਏ ਤਾਂ ਕਿ ਪ੍ਰਦੂਸ਼ਣ ਹੋਰ ਨਾ ਫੈਲੇ, ਜੋ ਆਪਾਂ ਤਾਂ ਪਹਿਲਾਂ ਹੀ ਬਹੁਤ ਪ੍ਰਦੂਸ਼ਣ ਤੋਂ ਤੰਗ ਹਾਂ। ਬਹੁਤ ਬਹੁਤ ਮਿਹਰਬਾਨੀ, ਸਾਰੀ ਲੋਕਾਈ ਨੂੰ ਢੇਰ ਸਾਰੀਆਂ ਮੁਬਾਰਕਾਂ, ਬਹੁਤ ਬਹੁਤ ਧੰਨਵਾਦ ਦੋਸਤੋ।